ਹੁਣ 30 ਜੂਨ ਆ ਰਿਹਾ, ਇਹਦਾ ਜਿਹੜਾ ਜਿਹੜੇ ਫਾਈਲਾਂ ਲਾ ਰਹੇ ਆ, ਜਿਹੜੇ ਲਾਉਣ ਦੀ ਪਲਾਨ ਕਰ ਰਹੇ ਆ, ਉਹਨਾਂ ਦੇ ਉੱਤੇ ਹੁਣ ਕੀ ਉਹਨਾਂ ਨੂੰ ਤਬਦੀਲੀ ਆਊ, ਚੰਗਾ ਸਮਾਂ ਜਾਂ ਕੋਈ ਸਖਤ ਸਮਾਂ? ਦੇਖੋ ਬਾਈ ਜੀ, ਜਿਹੜਾ ਆਸਟ੍ਰੇਲੀਅਨ ਫੈਡਰਲ ਬਜਟ ਆ ਨਾ, ਉਹ ਜਦੋਂ ਅਨਾਉਂਸ ਹੁੰਦਾ ਤਾਂ ਉਹਦੇ ਵਿੱਚ ਅਲੱਗ ਅਲੱਗ ਚੀਜ਼ਾਂ ਦੀ ਪਲੈਨਿੰਗ ਜਾਂ ਪਾਲਿਸੀਜ਼ ਦੱਸੀਆਂ ਜਾਂਦੀਆਂ ਨੇ। ਬੜਾ ਵੱਡਾ ਡਾਕੂਮੈਂਟ ਹੁੰਦਾ ਉਹ ਫੈਡਰਲ ਬਜਟ, ਜਿਹੜਾ 2023-24 ਵਿੱਤੀ ਬਰੇ ਦਾ, ਉਹ ਉਹਦੇ ਪਲੈਨਿੰਗ ਲੈਵਲ ਨੇ ਜਿਹੜੇ ਮਾਈਗ੍ਰੇਸ਼ਨ ਦੇ ਲਿਹਾਜ਼ ਨਾਲ ਜਿਹੜੇ ਹੋਮ ਅਫੇਅਰ ਮਿਨਿਸਟਰ ਨੇ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੀ ਅਨਾਉਂਸਮੈਂਟ ਕੀਤੀ ਆ। ਤੁਸੀਂ ਜਿਹੜੇ ਮੈਨੂੰ ਕੁਐਸਚਨ ਪੁੱਛਣੇ ਆ ਉਹ ਵੀ ਪੁੱਛ ਲਿਓ। ਮੈਨੂੰ ਓਵਰਆਲ ਤਾਂ ਇਹ ਲੱਗਦਾ ਵੀ ਜਦੋਂ ਦੀ ਗਵਰਨਮੈਂਟ ਚੇਂਜ ਹੋਈ ਆ, ਮਾਈਗ੍ਰੇਸ਼ਨ ਦੇ ਲਿਹਾਜ਼ ਨਾਲ ਚੰਗਾ ਸਮਾਂ, ਪੈਂਡੈਮਿਕ ਤੋਂ ਬਾਅਦ ਪੱਕੇ ਹੋਣ ਲਈ ਇਸ ਸਰਕਾਰ ਦਾ ਜਿਹੜਾ ਰਵੱਈਆ ਉਹ ਟੈਂਪਰੇਰੀ ਤੋਂ ਪਰਮਾਨੈਂਟ ਵੱਲ ਜ਼ਿਆਦਾ ਠੀਕ ਹੈ। ਕੁਛ ਕੁ ਚੀਜ਼ਾਂ ਨੇ ਜਿਹੜੀਆਂ ਮਿਨਿਸਟਰ ਸਾਹਿਬ ਨੇ ਇਹਦੇ ਵਿੱਚ ਅਨਾਊਂਸਮੈਂਟ ਤੋਂ ਬਾਅਦ ਵੀ ਗੱਲਾਂ ਕੀਤੀਆਂ ਨੇ। ਪਹਿਲੀ ਗੱਲ ਤਾਂ ਆਪਾਂ ਇਹ ਕਰਦੇ ਹਾਂ, ਬਜਟ ਦੇ ਲਿਹਾਜ਼ ਦੇ ਨਾਲ ਪਿਛਲੇ ਸਾਲ ਜਿਹੜਾ ਮਾਈਗ੍ਰੇਸ਼ਨ ਪਲੈਨਿੰਗ ਲੈਵਲ ਸੀ, ਜਿਹੜਾ ਕੋਟਾ ਸੀ, ਕਿੰਨੇ ਲੋਕਾਂ ਨੂੰ ਇਹਨਾਂ ਨੇ ਪੱਕਾ ਕਰਨਾ, ਉਹ 1,90,000 ਸੀ ਸਾਰਾ ਸਾਲ ਆਉਣ ਵਾਲੇ ਸਾਰੇ ਸਾਲ ਦਾ। ਇਹਦੇ ਵਿੱਚ ਚਾਈਲਡ ਮਾਈਗ੍ਰੇਸ਼ਨ ਤੇ ਪਾਰਟਨ ਵੀਜ਼ਾ ਮਾਈਗ੍ਰੇਸ਼ਨ ਤੇ ਰਿਫਿਊਜ਼ੀਜ਼ ਨਹੀਂ ਆਉਂਦੇ, ਇਹ ਡਿਮਾਂਡ ਡ੍ਰਿਵਨ ਵੀਜ਼ਾ ਨੇ, ਇਹ ਕੋਟੇ 'ਚ ਗਿਣੇ ਨਹੀਂ ਜਾਂਦੇ। ਕਿਸੇ ਇਸ ਭੁਲੇਖੇ 'ਚ ਨਾ ਰਹਿ ਜਾਓ ਵੀ ਜੇ 50,000 ਪਾਰਟਨ ਵੀਜ਼ਾ ਗ੍ਰਾਂਟ ਕਰਨਾ ਤਾਂ ਉਹ ਵੀ ਇਹਦੇ 'ਚ ਆਊ, ਇਹਦੇ 'ਚੋਂ ਨਹੀਂ ਆਉਣਾ। ਉਹ ਜਿਹੜਾ ਅਗਲੇ ਸਾਲ ਦਾ ਪਲੈਨਿੰਗ ਲੈਵਲ ਆ ਉਹ ਵੀ 1,90,000 ਹੀ ਹੈ। ਤੇ ਇਹ 1,90,000 ਦੇ ਵਿੱਚੋਂ 3/4 ਹਿੱਸਾ, ਮਤਲਬ ਕਿ 72-73% ਦੀ ਜੇ ਗੱਲ ਕਰ ਲਈਏ, 1,37,000 42,000 ਇੱਥੇ ਦੇ ਕਰੀਬ ਬਣਦਾ, ਉਹ ਸਕਿਲਡ ਮਾਈਗ੍ਰੇਸ਼ਨ ਨੂੰ। ਸਕਿਲਡ ਦੇ ਵਿੱਚ ਜਨਰਲ ਸਕਿਲਡ ਮਾਈਗ੍ਰੇਸ਼ਨ ਵੀ ਆਉਂਦੀ ਹੈ, ਸਬ ਕਲਾਸ 491, 190 ਤੇ 189। ਉਹਦੇ ਵਿੱਚ ਇੰਪਲਾਇਰ ਸਪੋਂਸਰਡ ਮਾਈਗ੍ਰੇਸ਼ਨ ਵੀ ਆਉਂਦੀ ਹੈ, ਜਿਹਨੂੰ ਆਪਾਂ 186 ਬੋਲ ਦਿੰਦੇ ਹਾਂ, ਜਾਂ ਜਿਹੜੇ 482 ਤੋਂ ਜਿਹੜੇ ਵੀਜ਼ਾ ਪਾਥਵੇਜ ਨੇ ਪਰਮਾਨੈਂਟ ਦੇ, ਉਹ ਆਉਂਦੇ ਆ। ਮਤਲਬ ਕਿ ਪਲੈਨਿੰਗ ਦੇ ਲਿਹਾਜ਼ ਦੇ ਨਾਲ 1,90,000 ਦਾ ਕੋਟਾ। ਦੂਜੀ ਜਿਹੜੀ ਗੱਲ ਸਰਕਾਰ ਨੇ ਕੀਤੀ ਆ, ਪ੍ਰੀ ਪੈਂਡੈਮਿਕ ਲੈਵਲ ਤੇ ਜਿਹੜੀ ਨੈੱਟ ਮਾਈਗ੍ਰੇਸ਼ਨ ਸੀਗੀ, ਓਵਰਸੀਜ਼ ਨੈੱਟ ਮਾਈਗ੍ਰੇਸ਼ਨ, ਇਹਨੂੰ ਕੋਟੇ ਨਾਲ ਰਿਲੇਟ ਕਰਿਓ। ਓਵਰਸੀਜ਼ ਨੈੱਟ ਮਾਈਗ੍ਰੇਸ਼ਨ ਦਾ ਮਤਲਬ ਆਪਾਂ ਤਾਂ ਬੜੀ ਵਾਰੀ ਡਿਸਕਸ ਕੀਤਾ, ਕਿੰਨੇ ਲੋਕ ਆਸਟ੍ਰੇਲੀਆ ਦੀ ਹੱਦ ਦੇ ਵਿੱਚ ਐਂਟਰ ਕੀਤੇ ਉਸ ਸਾਲ 'ਚ, ਤੇ ਕਿੰਨੇ ਲੀਵ ਕਰ ਗਏ, ਉਹਨੂੰ ਨੈੱਟ ਮਾਈਗ੍ਰੇਸ਼ਨ ਬੋਲਦੇ ਆ। ਇਸ ਸਾਲ ਦਾ ਜਿਹੜਾ ਟੀਚਾ ਉਹਨਾਂ ਦਾ ਰੱਖਿਆ, ਜਿਹੜਾ ਕਰੰਟ ਚੱਲ ਰਿਹਾ ਉਹ 4 ਲੱਖ ਆ, ਉਦੋਂ ਅਗਲੇ ਸਾਲ 3,15,000 ਹੋਊਗਾ। ਪਰ ਇਹ ਗੱਲਾਂ ਬਾਤਾਂ ਹੋ ਰਹੀਆਂ ਨੇ, ਵੱਡਾ ਟੀਚਾ ਪ੍ਰੀ ਪੈਂਡੇਮਿਕ ਲੈਵਲ ਤੇ ਉਹਨਾਂ ਨੇ ਲੈ ਕੇ ਜਾਣਾ, ਜਿਹੜਾ 2,60,000 ਆ, ਕਿਉਂਕਿ ਪਿਛਲੇ ਸਾਲਾਂ ਦੇ ਵਿੱਚ ਓਵਰਸੀਜ਼ ਨੈੱਟ ਮਾਈਗ੍ਰੇਸ਼ਨ ਕਾਫੀ ਡਰੋਪ ਹੋ ਗਈ ਸੀ, ਬਾਰਡਰ ਕਲੋਜ਼ ਸੀਗੇ। ਇੱਕ ਚੀਜ਼ ਉਹਨਾਂ ਨੇ ਹੋਰ ਦੱਸੀ ਆ, ਜਿਹੜੀ ਕਿਆਸ ਰਾਈ 2030-32 ਦੇ ਵਿੱਚ ਪਾਪੂਲੇਸ਼ਨ ਦੀ ਲਾਈ ਜਾ ਰਹੀ ਸੀਗੀ, ਉਦੋਂ 1 ਮਿਲੀਅਨ ਘੱਟ ਰਹੂਗੀ ਪਾਪੂਲੇਸ਼ਨ ਜੇ ਇਸੇ ਹਿਸਾਬ ਨਾਲ ਚੱਲਦੇ ਰਹੇ। ਇੱਥੋਂ ਸਿੱਧ ਇਹ ਹੁੰਦਾ ਵੀ ਪਾਪੂਲੇਸ਼ਨ ਵਧਾਉਣ ਲਈ ਜਿਹੜੇ ਟਾਰਗੇਟ ਇਹਨਾਂ ਨੇ ਇਸ ਦਹਾਕੇ ਦੇ ਰੱਖੇ ਸੀ, ਜਿਹੜਾ ਚੱਲ ਰਿਹਾ, ਉਹ ਪੂਰੇ ਇਹਨਾਂ ਦੇ ਨਹੀਂ ਹੁੰਦੇ। ਦੇਖਦੇ ਫਿਰ ਉਹ ਪੂਰੇ ਕਿੱਥੋਂ ਹੋਣੇ ਆ, ਮਾਈਗ੍ਰੈਂਟਸ ਤੋਂ ਹੋਣੇ ਆ। ਮਾਈਗ੍ਰੇਸ਼ਨ ਬਿਨਾਂ ਆਸਟ੍ਰੇਲੀਆ ਦਾ ਸਰ ਨਹੀਂ ਸਕਦਾ, ਇਹ ਸਾਰਿਆਂ ਨੂੰ ਪਤਾ। ਤੇ ਇਸ ਕਰਕੇ ਮੈਨੂੰ ਪਲੱਸ ਪੁਆਇੰਟ ਹੀ ਲੱਗਦਾ ਬਾਈ ਜੀ, ਜਿਹੜਾ ਆਉਣ ਵਾਲਾ ਸਮਾਂ। ਜਿੱਥੋਂ ਤੱਕ ਮੈਨੂੰ ਸਮਝ ਆਈ ਆ, ਇਹ ਸਮਝ ਆਈ ਆ ਵੀ ਪਿਛਲੇ ਸਾਲ 190 ਸੀ, 1,90,000 ਤਾਂ ਐਤਕੀ ਵੀ 1,90,000 ਆ, ਪਰ ਉਹਦੇ ਚ 1,37,000 ਜਾਂ 1,40 ਦੇ ਕਰੀਬ ਸਕਿੱਲ, ਖਾਸ ਕਰਕੇ ਸਕਿੱਲ ਵੀਜ਼ੇ ਵਾਲਿਆਂ ਨੂੰ ਦਿੱਤੇ ਜਾਣਗੇ ਜਿਹੜੇ ਵੀਜ਼ੇ ਆ, ਤੇ ਇਹਦੇ ਤੋਂ ਪੇਰੈਂਟਸ ਦੇ ਜਾਂ ਚਾਈਲਡ ਮਾਈਗ੍ਰੇਸ਼ਨ ਹਜੇ 8 ਆ, ਯਾਨੀ ਕਿ ਸਾਡੇ ਚ ਪੇਰੈਂਟਸ ਨਹੀਂ, ਪੇਰੈਂਟਸ ਨਹੀਂ, ਪੇਰੈਂਟਸ ਨਹੀਂ, ਪਾਰਟਨਰ ਪਾਰਟਨਰ ਤੇ ਚਾਈਲਡ ਮਾਈਗ੍ਰੇਸ਼ਨ ਉਹ ਡਿਮਾਂਡ ਰਿਵਨ ਆ, ਪੇਰੈਂਟਸ ਇਹਦੇ ਵਿੱਚ ਇਨਕਲੂਡਡ ਹੀ ਆ।